भोखा तरमराए अब कहाँ करे गोजो फाटे सगलो लेखा रेन प्यारे हम संतन की सरना संतन की सरना हम संतन की रेन प्यारे हम संतन की सरना संतन की सरना संत हमारी ओट सतानी संत हमारा गैना संत हमारी ओट सतानी संत हमारा गैना हम संतन के रेन प्यारे हम संतन के सरना संतन के सरना हम संतन के रेन प्यारे हम संतन की सरना संतन के सरना गुरु महाराज ने पार कृपा की थी आज ओ महान शख्सियत आज ओ महान तपस्वी लोग जिन्हां दी जात दे विच असीं तुसीं कत्तर होए हो तुसीं अज ओ महात्मा महापुरशां दे दर्शन कर रहे हो नगर भागां वाले हुंदे आ जिथे महापुरश आ के चरण पाउंदे आ ਇਹੋ ਚਲਾ ਗਿਆ ਜਿਹੜੇ ਬ੍ਰਹਮ ਗਿਆਨੀ ਨਾਲ ਜੀ ਆਪ ਦੀ ਗੋਸ਼ਟੀ ਹੁੰਦੀ ਸੀ ਨਾ ਕਿ ਉਹ ਤਾਂ ਚਲਾ ਹੀ ਗਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੱਲ੍ਹ ਤੋਂ ਮੇਰੀ ਉਹਦੇ ਨਾਲ ਗੋਸ਼ਟੀ ਹੋਈ ਸੀ ਕੱਲ੍ਹ ਤੋਂ ਗੱਲਬਾਤ ਹੋਈ ਸੀ ਇਕਬਾਲ ਸ਼ਾਇਰ ਕਹਿੰਦਾ ਹੈ ਇਕਬਾਲ ਸ਼ਾਇਰ ਆਪਣਾ ਕੋਈ ਦੋਸਤ ਸੀ ਮਿੱਤਰ ਪਿਆਰਾ ਸੀ ਉਹਨੂੰ ਮਿਲਣ ਗਿਆ ਬਿਮਾਰ ਸੀ ਉਹ ਕਹਿੰਦਾ ਯਾਰ ਮੈਂ ਤੈਨੂੰ ਮਿਲਣ ਵਾਸਤੇ ਆਇਆ ਉੱਠ ਬੈਠ ਯਾਰ ਕੋਈ ਗੱਲ ਸੁਣਾ ਉਹ ਕਹਿੰਦਾ ਨਹੀਂ ਯਾਰ ਮੈਥੋਂ ਨਾ ਹਿੱਲਿਆ ਨਹੀਂ ਜਾਂਦਾ ਮੰਜੇ ਤੋਂ ਨਾ ਹਿੱਲਿਆ ਨਹੀਂ ਜਾਂਦਾ ਕਿ ਮੈਨੂੰ ਮੰਜੇ ਨੇ ਫੜ ਲਿਆ ਤੋ ਅਗਲੇ ਦਿਨ ਉਹ ਰਾਤ ਕੋ ਪੂਰਾ ਹੋ ਗਿਆ ਤੋ ਲੋਕਾਂ ਨੇ ਆ ਕੇ ਇਕਬਾਲ ਸ਼ਾਇਰ ਨੂੰ ਕਿਹਾ ਕਿ ਭਾਈ ਉਹ ਫਲਾਣਾ ਤੋਂ ਪੂਰਾ ਹੀ ਹੋ ਗਿਆ ਉਹ ਚਲਾ ਗਿਆ ਆ ਜਾਓ ਉਹਦੀ ਸੱਥ 'ਤੇ ਬਹਿੰਦੇ ਆ ਤੋ ਇਕਬਾਲ ਸ਼ਾਇਰ ਜਾ ਕੇ ਨੇ ਉਹਦੇ ਕੋਲੇ ਜਾ ਕੇ ਬੈਠਾ ਉਹਦੇ ਸਰਾਣੇ ਉਹ ਕਹਿੰਦਾ ਹੈ ਕਿ ਓਏ ਮੋਲਿਆ ਓਏ ਮੇਰੇ ਮਿੱਤਰਾ ਕਿ ਕੱਲ੍ਹ ਤਲਕ ਤੋਂ ਤੂੰ ਕਹਿੰਦਾ ਸੀ ਕਿ ਮੰਜਿਆਂ ਤੋਂ ਹਿਲਿਆ ਜਾਂਦਾ ਨਹੀਂ ਉਹ ਰਾਤੋ ਰਾਤ ਉਹ ਤਾਕਤ ਕਹਾਂ ਸੀ ਆਈ ਕਿ ਦੁਨੀਆਂ 'ਤੇ ਉੱਠ ਕੇ ਚਲਾ ਗਿਆ ਤੋ ਨਾਨਕ ਪਾਤਸ਼ਾਹ ਜੀ ਨੂੰ ਉਹ ਲੋਕ ਲੈ ਕੇ ਗਏ ਤੋ ਉੱਥੇ ਜਾ ਕੇ ਜਾਣ ਪਛਾਣ ਕਰਾਈ ਗਈ ਨਾਨਕ ਪਾਤਸ਼ਾਹ ਨੂੰ ਕਿ ਇਹ ਫਲਾਣੇ ਥਾਂ ਦਾ ਪੀਰ ਹੈ ਜੀ ਇਹ ਫਲਾਣੇ ਥਾਂ ਦਾ ਔਲੀਆ ਹੈ ਇਹ ਫਲਾਣੇ ਡੇਰੇ ਦਾ ਮਹੰਤ ਹੈ ਇਹ ਫਲਾਣੇ ਥਾਂ ਦਾ ਬ੍ਰਹਮ ਗਿਆਨੀ ਹੈ ਤੋ ਸੱਜਣੋ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਸਾਰੇ ਬ੍ਰਹਮ ਗਿਆਨੀ ਹੋ ਕਹੇ ਹਾਂਜੀ ਸਾਰੇ ਬ੍ਰਹਮ ਗਿਆਨੀ ਹੈ ਤੋ ਸਾਹਿਬ ਜੀ ਕਹਿੰਦੇ ਬ੍ਰਹਮ ਗਿਆਨ ਮਿਲ ਕਰੋ ਵਿਚਾਰ ਕਿ ਕੌਣ ਮੂਆ ਰੇ ਕੌਣ ਮੂਆ ਅਰੇ ਸਾਰੇ ਬ੍ਰਹਮ ਗਿਆਨੀ ਬੈਠੇ ਹੋ ਕ੍ਰਿਸ਼ਨ ਅਨੁਸਾਰ ਹਰੀ ਨੇ ਕੁਝ ਬ੍ਰਹਮ ਗਿਆਨ ਅਵਸਥਾ ਦੀ ਇੱਕ ਟੂਕ ਦਿੱਤੀ ਸੀ ਕਿ ਬ੍ਰਹਮ ਅਵਸਥਾ ਹੈ ਉਹ ਮੰਜ਼ਿਲਾਂ ਕਿਹੜੀਆਂ ਹਨ ਉਹ ਮੰਜ਼ਿਲਾਂ ਦੇ ਮਾਲਕ ਮਾਲਕ ਬਾਬਾ ਸੋਹਣ ਦਾਸ ਬਾਬਾ ਰੂਪਨ ਦਾਸ ਜੀ ਸਨ ਆਵਤ ਹਰਸ਼ ਨਾ ਹੋ ਤਾਂ ਜਾਵਤ ਸੋਗ ਨਾ ਹੋਏ ਐਸੀ ਕਰਮੀ ਜੋੜ ਹੈ ਗ੍ਰਹਿ ਬਲ ਜੋਗੀ ਹੋਏ
जिन्हां दे अंदर किसी प्रकार की कोई इच्छा की भावना नहीं, भावे कोई विहंगम है भावे कोई दृष्टि है, जब जो निरेशित हम कहनी सौखी कमाई बड़ी औखी है, कह दिने करे करावे आपे आप मानस दे ही कुछ नहीं हाथ, पर कदे वेख्या भी कर कौन रहा है, तो करवाण वाली कौन महान शक्ति है, साडा दा स्फूर्ण प्यार है जो पंजता दा साडा वजूद है। संतां दी बरसी दे संबंध विच एकत्र होए आ, कबीर सेवा को दोए भले, एक संत एक राम, राम जो दाता मुक्त को संत जपावे नाम। कबीर साहब डंके दी चोट ना कहंदे है, सेवा नू दो भले ने, संत ते राम। एक माया परमेश्वर दी है, महा माया तां की सब छाया, सहिब श्री गुरु ग्रंथ साहिब महाराज कहिंदे जो असीं ये छाया देखते हैं अखां दे नाल ब्रह्मांड अंदर देखते हैं, ये परमेश्वर दी माया है। एक महापुरशां दी रची माया है जो सत्संग है। बाबा श्री चंद्र महाराज जी उन्हां दा ग्रंथ है एक पाशा संस्कृत सत्तम न सत्तम, पूरियां ने गिनियां जदों ने, कहिंदा भी बंदा मानदार है, इन्हें मेरी भेडां की राखी की, राखी तो भावें करी नहीं सी। साध संगत जी उहदे कोल इक लंगड़ी भेड़ सी, उहने भेड चक्की ते उहनूं दान करन वास्ते तुर गया, कहिंदा नाल तां लंगड़ी है ਇਹਦੇ ਤੋਂ ਖਹਿੜਾ ਛੁੱਟ ਜੂਗਾ ਭੇਡਾਂ ਦੇ ਨਾਲ ਦੀ ਰਲਦੀ ਅਤੇ ਨਾਲੇ ਬੰਦਾ ਖੁਸ਼ ਹੋ ਜੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਗੋਦ ਵਿੱਚ ਬਿਰਾਜਮਾਨ ਸਾਧ ਸੰਗਤ ਜੀ, ਆਪਾਂ ਬੜੇ ਵੱਡੇ ਭਾਗਯ ਵਾਲੇ ਹਾਂ, ਸਤਿਗੁਰਾਂ ਦੀ ਅਪਾਰ ਕਿਰਪਾ ਦੁਆਰਾ ਇਹ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਪਰਿਪੂਰਨ ਪਰਮਾਤਮਾ ਜਦੋਂ ਕਿਰਪਾ ਕਰਦਾ ਹੈ ਤਾਂ ਹੀ ਪੁਰਬਲੇ ਕਰਮ ਚੰਗੇ ਹੁੰਦੇ ਹਨ ਅਤੇ ਸਾਨੂੰ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਜਿਸ ਤਰ੍ਹਾਂ ਕਿ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬਿਰਾਜਮਾਨ ਸਨ, ਬੈਠੇ ਸਨ, ਕਥਾ ਵਿਚਾਰਾਂ ਹੋ ਰਹੀਆਂ ਸਨ ਅਤੇ ਜਦੋਂ ਉਸ ਦੀ ਸਮਾਪਤੀ ਹੋਈ ਉਸ ਤੋਂ ਬਾਅਦ ਦੇ ਵਿੱਚ ਇੱਕ ਬ੍ਰਾਹਮਣ ਆਇਆ ਸੰਗੀਤਕਾਰ, ਉਹ ਬੜਾ ਸੰਗੀਤਕਾਰ ਮਾਹਰ ਸੀ, ਆਵਾਜ਼ ਬੜੀ ਵਧੀਆ ਸੀ ਅਤੇ ਆ ਕਰਕੇ ਭਾਈ ਗੁਰਦਾਸ ਜੀ ਨੂੰ ਕਹਿਣ ਲੱਗਾ ਵੀ ਮੈਂ ਸੰਗੀਤਕਾਰ ਹਾਂ, ਮੈਂ ਕੁਛ ਸੁਣਾਉਣਾ ਚਾਹੁੰਦਾ ਹਾਂ, ਮੈਂ ਸੁਣਿਆ ਹੈ ਸਤਿਗੁਰੂ ਜੀ ਬੜੇ ਦਿਆਲੂ ਹਨ, ਬੜੇ ਕਿਰਪਾਲੂ ਹਨ, ਇਹ ਸੰਗੀਤਕਾਰ ਦਾ ਬੜਾ ਮਾਣ ਕਰਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਇਹ ਤਾਂ ਤੇਰੀ ਗੱਲ ਬਿਲਕੁਲ ਹੀ ਠੀਕ ਹੈ,
वाकई ही पातशाह संगीतकार का बड़ा ही सत्कार करते हैं। कहते मैं कुछ सुना चाहना सतगुरां नूं। भाई गुरदास जी कहते हैं की सुना चाहना, मैनू दस, मैनू सुना करो। उन्होंने कुछ दो गजलां गा के सुनाईया सतगुरां नूं। और भाई गुरदास जी नूं जो गजलां गा के सुनाईया तो भाई गुरदास जी कहते वाकई ही पंडित जी संगीतकार जी आवाज़ तो हाड़ी बहुत वधिया है, पर सतगुरु जी गजलां नहीं सुनते हैं। पातशाह वाहिगुरु जी का खालसा, वाहिगुरु जी की फतेह। अज दे इस महान सालाना जोड़ मेले दे विच श्रीमान संत बाबा सोहनदास जी की सालाना वर्षी और श्रीमान संत बाबा रुखड़दास जी महाराज जी की सालाना वर्षी के संबंध में उन्होंने योग शिष श्रीमान संत बाबा शुद्धमुनी जी और श्रीमान संत बाबा सतमुनि जी सारे रल मिल करके नगर दियाँ इलाके दियाँ वख वख नगर दियाँ संगतां दे सहयोग दे नाल जो महान जोड़ मेला मनाउणा कीता है। सो सतगुरु सच्चे पातशाह जी दे पावन कुरबाणी दे जो अखंड पाठ साहब लगातार कई दिनों तो चल रहे सन, जिन्हां दे अमृत वेले भोग पाए गए, उपरंत खुले पंडाल विच सजे जिस दे विच सतगुरु धन श्री गुरु ग्रंथ साहिब महाराज दे प्रकाश होए, उपरंत वख वख साधु महापुरखां ने खट दर्शन साधु समाज निर्मले उदासीन भेख दे समुचे महापुरखां ने आके हाजरियां भरियां ने। सतगुरु सच्चे पातशाह की कृपा दे नाल ये महान जो जोड़ मेला श्रीमान संत बाबा शुद्धमुनि जी उद्यम उपराला करते हैं, जिन्हों को बेअंत संगतां दीआं सेवावां ने, बेअंत स्थानां दीआं सेवावां ने भेख वालों सौंपियां होईआं, सारे भेख दे सहयोग दे नाल जो महापुरख हर वार जो वख-वख स्थानां ते सालाना जोड़ मेले मनाउंदे रहिंदे ने, जिहदे विच अपने भेख दा प्रचार गुरु दी गल नाम बाणी दी गल आए हुए संत महापुरख रागी ढाडी संगतां नूं संबोधन करदे हन। सो इस तरह यह महान समागम महापुरखां ने उलीकणा कीता। तो अज इह समागम जिहड़ा है निर्विघनता सहित संपूर्ण होया, गुरु के लंगर वरते ने, महापुरख संत बाबा शुद्धमुनि जी ने उद्यम उपराला कीता, उन्हां दे प्रेम दे वधे हुए खट दर्शन साधु समाज दे भेख दे सारे महापुरख एकत्र होए ने। अज बहुत खुशी की गल है क्योंकि बाबाणियां कहानियां पुत सपुत करेण दे महावाक अनुसार अपने बड़ियां दीआं जादां नूं सदा मनाउंदे रहना चाहीदा है, क्योंकि नाम रहो साधु रहो गुर गोबिंद, कहो नानक इह जगत मैं किन जपियो गुरमंत। समाज के उत्ते लोग समाज असी सतसंगत जी संसार ते आउंदे जाने आ चले जाणा, पर महापुरख रब दे प्यारे संसार ते आउंदे ने अपनी कुछ विलखण
ਸਿੱਖਣਤਾ ਲੈ ਕੇ ਆਉਂਦੇ ਨੇ ਅਤੇ ਆਪਣਾ ਸਤ ਸੰਗਤ ਜੀ ਸਮਾਂ ਸਪਾ ਸਮੇਂ ਦੇ ਵਿੱਚ ਰਹਿ ਕੇ ਰੱਬ ਦਾ ਪ੍ਰਚਾਰ ਕਰਨਾ, ਆਪਣੇ ਧਰਮ ਦੀ ਗੱਲ ਕਰਨੀ, ਆਪਣੇ ਗੁਰੂ ਦੀ ਗੱਲ ਕਰਨੀ, ਆਪਣੇ ਮੁਰਸ਼ਦਾਂ ਦੀ ਯਾਦ ਨੂੰ ਵੱਡਾ ਕਰਨਾ, ਉਹ ਕਰਕੇ ਸਤ ਸੰਗਤ ਜੀ ਜਾਂਦੇ ਨੇ। ਜਿਨ੍ਹਾਂ ਦੇ ਬਾਬਤ ਗੁਰਬਾਣੀ ਨੇ ਕਿਹਾ ਇਸੇ ਮਹਾਂਪੁਰਖਾਂ ਨੂੰ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਹੇ ਹੈ ਸਵਾਓ, ਜਨ ਕਹਿ ਸੰਗਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਐਸੇ ਮਹਾਂਪੁਰਖਾਂ ਨੂੰ ਸਦਾ ਹੀ ਨਮਸਕਾਰ। ਇੱਕ ਵਿਦਵਾਨ ਨੇ ਲਿਖਿਆ, ਕਿਸੇ ਕਿਸੇ ਮਰਦ ਕਾ ਚਾਰ ਯੁੱਗ ਨਾਮ ਰਹੇ, ਕਿਸੇ ਕਿਸੇ ਮਰਦ ਕਾ ਜਿਉਂਦੇ ਹੀ ਖਤਮ ਹੈ। ਮਹਾਂਪੁਰਖ ਬਾਬਾ ਰੁਖੜਦਾਸ ਜੀ, ਮਹਾਂਪੁਰਖ ਬਾਬਾ ਸੋਹਨਦਾਸ ਜੀ ਵਰਗੇ ਸਤਿਪੁਰਸ਼ਾਂ ਦਾ ਨਾਂ ਸਦਾ ਦੁਨੀਆਂ 'ਤੇ ਅਮਰ ਰਹੇਗਾ, ਕਿਉਂਕਿ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਹੈ। ਤੋ ਅਸੀਂ ਸਾਰੇ ਇਕੱਤਰ ਹੋ ਕੇ ਜਿੱਥੇ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਨਤਮਸਤਕ ਹੁੰਦੇ ਹਾਂ, ਉੱਥੇ ਸ਼੍ਰੀ ਮਾਨ ਸੰਤ ਬਾਬਾ ਸੁੱਧ ਮੁਨੀ ਜੀ, ਜਿਨ੍ਹਾਂ ਦਾ ਉਦਾਸ ਸਿੰਘ ਭੇਖ ਵਿੱਚ ਬੜਾ ਵੱਡਾ ਨਾਂ ਹੈ, ਬੜਾ ਵੱਡਾ ਸਥਾਨ ਹੈ, ਸਤਿਗੁਰੂ ਅੱਗੇ ਅਰਦਾਸ ਕਰਦੇ ਇਹਨਾਂ ਨੂੰ ਦੇਹ ਰੋਗਤਾ ਬਖਸ਼ਣ, ਤਾਂ ਕਿ ਆਪਣੇ ਭੇਖ ਭਗਵਾਨ ਦੇ ਜੋ ਅਸਥਾਨ ਉਹਨਾਂ ਦੀਆਂ ਸੇਵਾਵਾਂ ਕਰਦੇ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ, ਕਈਆਂ ਦਿਨਾਂ ਤੋਂ ਸ੍ਰੀ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ, ਉਹਨਾਂ ਦੇ ਨਿਰਵਿਘਨ ਭੋਗ ਪਾਏ ਗਏ ਹਨ। ਉਪਰੰਤ ਖੁੱਦੇ ਪੰਡਾਲ ਦੇ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਮਹਾਂਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ। ਅਸੀਂ ਵੱਡੇ ਭਾਗਾਂ ਵਾਲਾ ਸਮਝਦੇ ਹਾਂ ਜਿਨ੍ਹਾਂ ਨੇ ਦੂਰੋਂ ਦਰਿਡੋਂ ਆਣ ਕੇ ਮਹਾਂਪੁਰਸ਼ਾਂ ਨੇ ਸਾਡੇ ਸੱਦੇ 'ਤੇ ਕਿਰਪਾ ਕੀਤੀ, ਦਰਸ਼ਨ ਦਿੱਤੇ ਹਨ, ਕਥਾ ਕੀਰਤਨ ਕੀਤਾ ਹੈ, ਕਿਉਂਕਿ ਸਤਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਹੀ ਐਸੇ ਸਤਸੰਗ ਪ੍ਰਾਪਤ ਹੁੰਦੇ ਹਨ। ਜਿਸ ਤਰ੍ਹਾਂ ਕਿ ਸ੍ਰੀ ਮਾਨ 1008 ਬਾਬਾ ਸਤੀ ਸ਼ਨਮੁਨੀ ਜੀ ਮਹਾਰਾਜ ਜੀ, ਬਾਬਾ ਸੋਹਨਦਾਸ ਜੀ ਮਹਾਰਾਜ ਜੀ, ਇਹਨਾਂ ਮਹਾਂਪੁਰਸ਼ਾਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਨਿਰਵਿਘਨ ਸਮਾਪਤ ਹੋਇਆ ਹੈ। ਸਾਰੀਆਂ ਸੰਗਤਾਂ ਨੂੰ, ਸਾਰੀਆਂ ਹੀ ਦੂਰੋਂ ਨੇੜਵਾਏ ਪੰਚਾਇਤਾਂ ਨੂੰ ਅਤੇ ਮਹਾਂਪੁਰਸ਼ਾਂ ਦਾ ਜੀਓ ਆਇਆ ਧੰਨਵਾਦ ਧੰਨਵਾਦ ਕਿਹਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਸਲੀਣਾ ਜ਼ਿਲ੍ਹਾ ਮੋਗਾ ਦੇ ਵਿੱਚ ਬਿਰਾਜਮਾਨ ਸਾਰੀਆਂ ਸੰਗਤਾਂ ਦੇ ਨਾਲ ਮੈਂ ਸਾਰਿਆਂ ਨੂੰ ਸਨਿਮਰ ਬੇਨਤੀ ਕਰਦਾ ਕਿ ਸੰਤ ਬਾਬਾ ਸ਼ੁੱਧ ਮੁਨੀ ਜਿੱਥੇ ਜ਼ਿਲ੍ਹੇ ਦੇ ਸੰਚਾਲਕ ਨੇ, ਉਹਨਾਂ ਦੀ ਦਿਆਜ ਰਾਸ਼ਟਰੀ ਦੇ ਸਰਪ੍ਰਸਤੀ ਦੇ ਹੇਠ ਜਿੱਥੇ ਸਭ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ, ਸਭ ਨੂੰ ਜੀਵਾਂ ਕਿਹਾ ਜਾਂਦਾ ਹੈ, ਮੈਂ ਬਹੁਤ ਹੀ ਅਪਾਰ ਬਖਸ਼ਿਸ਼ ਮੁਤਾਬਕ ਸੰਗਤਾਂ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਦੀ ਦਿਆਜ ਰਾਸ਼ਟਰੀ ਦੇ ਹੇਠ ਵੱਖ ਵੱਖ ਜਿੱਥੇ ਸੰਸਥਾਵਾਂ ਨੇ ਡੇਰਾ ਬਾਬਾ ਝਿੜੀ ਚੂੜ ਚੱਕ, ਜਿੱਥੇ ਸੰਤ ਤੋਤਾ ਰਾਮ ਜੀ ਦੀ ਸਰਪ ਬਰਸੀ ਮਨਾਈ ਜਾਂਦੀ ਆ, ਉੱਥੇ ਵੀ ਸੰਚਾਲਕ ਨੇ ਜਿਹੜੇ ਬਾਬਾ ਸ਼ੁੱਧ ਮੁਨੀ ਜੀ ਨੇ, ਉਹਨਾਂ ਦੀ ਸਰਪ੍ਰਸਤੀ ਜਿਹੜੀ ਮਨਾਈ ਜਾਂਦੀ ਹੈ, ਇੱਥੇ ਵੀ ਮਨਾਈ ਗਈ ਪਿੰਡ ਸਲੀਣਾ ਦੇ ਵਿੱਚ। ਹੁਣ 6 ਤਰੀਕ ਨੂੰ 6 ਮਾਰਚ ਨੂੰ ਜਿਹੜੀ ਬਰਸੀ ਮਨਾਈ ਸੰਤ ਬਾਬਾ ਪੂਰਨ ਦਾਸ ਜੀ ਦੀ ਡੇਰਾ ਨਰਾਇਣ ਦਾਸ ਜੀ ਪਿੰਡ ਮੀਨੀਆਂ, ਜਿੱਥੇ ਅਪਾਰ ਬਖਸ਼ਿਸ਼ ਆ ਸੰਗਤਾਂ ਦੇ ਉੱਤੇ, ਸੰਤਾਂ ਮਹਾਂਪੁਰਸ਼ਾਂ ਦਾ, ਕਿਉਂਕਿ ਨਗਰ ਹੀ ਜਿਹੜਾ ਸਾਡਾ ਸੰਤਾਂ ਦਾ ਏ, ਉੱਥੇ ਵੀ ਮਨਾਈ ਜਾਣੀ ਆ। ਮੈਂ ਕਿਹੜੀਆਂ ਸ਼ਬਦਾਂ ਦੇ ਨਾਲ, ਮੈਂ ਬਲਾਕ ਸੰਮਤੀ ਮੈਂਬਰ ਹੋਣ ਦੇ ਨਾਤੇ ਅਤੇ ਸਾਬਕਾ ਸਰਪੰਚ ਮੀਨੀਆਂ ਹੋਣ ਦੇ ਨਾਤੇ ਧੰਨਵਾਦ ਕਰਦਾ ਮਹਾਂਪੁਰਸ਼ਾਂ ਦਾ, ਜਿੱਥੇ ਸਾਲ ਬਾਅਦ ਵੱਖ ਵੱਖ ਸਾਧੂਆਂ ਦੇ ਦਰਸ਼ਨ ਹੁੰਦੇ ਨੇ, ਉੱਥੇ ਦਾਨ ਦਕਸ਼ਿਤ ਵੀ ਕੀਤੀ ਜਾਂਦੀ ਹੈ, ਸੰਗਤਾਂ ਆਨੀਓ ਅਤੇ ਸਾਧੂਆਂ ਆਨੀਓ ਪ੍ਰਵਚਨ ਕਰਕੇ ਲੋਕਾਂ ਦੇ ਜਿਹੜੇ ਹਿਰਦੇ ਆ ਉਹ ਸ਼ੁੱਧ ਕੀਤੇ ਜਾਂਦੇ ਆ। ਮੈਂ ਗੁਰੂ ਸਾਹਿਬ ਨੂੰ ਸਨਿਮਰ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਸਾਡੇ ਜਿਹੜੇ ਸਾਧੂ ਨੇ ਸੰਤ ਬਾਬਾ ਸ਼ੁੱਧ ਮੁਨੀ ਜੀ ਅਤੇ ਸਾਰੇ ਸਾਧੂ ਸੰਤ ਮੰਡਲੀ, ਸੰਤ ਲੋਪੋ ਵਾਲੇ ਨਿਰਮਲ ਦਾਸ ਜੀ, ਸਾਰੇ ਸੰਗਤ ਸੰਤ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਦਾ ਕਿਉਂਕਿ ਮੈਂ ਛੋਟਾ ਏ, ਸਾਰਿਆਂ ਨੂੰ ਕਿਰਪਾ ਕਰਨ, ਸੱਚੇ ਪਾਤਸ਼ਾਹ ਗੁਰੂ ਮਹਾਰਾਜ ਆਪਦੀ ਦਿਲਾਂ ਦੇ ਵਿੱਚ ਦਾਨ ਕਰਾਈ ਜਾਣ ਅਤੇ ਵੱਖ ਵੱਖ ਡੇਰਿਆਂ ਦੇ ਵਿੱਚ ਜਿੱਥੇ ਜਾ ਕੇ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆ, ਫਤਿਹ ਬੁਲਾਉਣਾ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ